ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਆਗੂਆਂ ਵੱਲੋਂ ਅੰਮ੍ਰਿਤਸਰ ਦੇ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਪਛਤਾਪ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਕੋਈ ਵੀ ਜਵਾਬ ਨਹੀਂ ਦਿੱਤਾ ਜਾ ਰਿਹਾ। ਇਹ ਪਾਵਨ ਸਰੂਪ ਕਿੱਥੇ ਭੇਜੇ ਗਏ ਨੇ ਤੇ ਹੁਣੇ ਕਿੱਥੇ ਨੇ, ਇਹਨਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਰਹੀ। ਉਹਨਾਂ ਕਿਹਾ ਕਿ ਸਾਡੀ ਪਾਰਟੀ ਵੱਲੋਂ ਪਛਤਾਪ ਸਮਾਗਮ ਉਲੀਕੇ ਜਾ ਰਹੇ ਨੇ, ਜਿਸ ਦੇ ਤਹਿਤ ਅੱਜ ਅੰਮ੍ਰਿਤਸਰ ਦੇ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਪਛਤਾਪ ਸਮਾਗਮ ਕਰਵਾਇਆ ਗਿਆ ਹੈ, ਜਿਸ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਨੇ। ਉਹਨਾਂ ਕਿਸਾਨੀ ਮੁੱਦੇ ਤੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਦੇਸ਼ ਦਾ ਸਮੁੱਚਾ ਮੁੱਦਾ ਹੈ, ਜਿਸ ਵਿੱਚ ਅਸੀਂ ਕਿਸਾਨਾਂ ਦੇ ਨਾਲ ਹਾਂ ਤੇ ਸਾਡੀ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕਿਸਾਨਾਂ ਦਾ ਮਸਲਾ ਹੱਲ ਕਰਨ ਦੀ ਗੱਲ ਆਖੀ ਗਈ ਹੈ। ਉਹਨਾਂ ਨੇ ਹੋਰ ਕੀ ਕਿਹਾ, ਤੁਸੀਂ ਵੀ ਸੁਣੋ। ਅੱਜ ਤਾਂ ਅਸੀਂ ਪਛਤਾਤਾਪ ਦਾ ਜੋ ਅਸੀਂ ਹਰ ਵਾਰ ਜ਼ਿਲ੍ਹੇ 'ਚ ਰੱਖਿਆ ਸੀ ਵੀ ਸਾਨੂੰ ਹਿਸਾਬ ਕਿਤਾਬ ਤਾਂ ਨਹੀਂ ਦੇ ਰਹੇ, ਨਾ ਹੀ ਦੱਸ ਰਹੇ ਨੇ ਵੀ ਗੁਰੂ ਗ੍ਰੰਥ ਸਾਹਿਬ 'ਤੇ ਕੋਈ 260 ਕਹਿੰਦਾ, ਕੋਈ 384 ਚਲ ਕਿੰਨੇ ਕਹਿੰਦਾ, 328 ਕਹਿੰਦਾ, ਕੋਈ ਆਇਆ ਵੀ 400 ਕੁਛ ਵੀ ਹੈਗੇ। ਇਸ ਕਰਕੇ ਕਿਸੇ ਨੂੰ ਕੁਛ ਨਹੀਂ ਪਤਾ, ਇਹਨਾਂ ਨੂੰ ਨਹੀਂ ਪਤਾ, ਨਾ ਹਿਸਾਬ ਕਿਤਾਬ ਦੇ ਰਹੇ ਨੇ। ਇਸ ਕਰਕੇ ਅਸੀਂ ਕਿਹਾ ਵੀ ਇਹਨਾਂ ਨੇ ਤਾਂ ਕੁਛ ਨਹੀਂ ਕਰਨਾ ਸੀ, ਸ਼ੁਰੂ ਕੀਤਾ ਸੀ ਸਾਡੀ ਪਾਰਟੀ ਨੇ ਕਿ ਪਛਤਾਤਾਪ ਸਾਰੇ ਤਕਰੀਬਨ ਜ਼ਿਲ੍ਹਿਆਂ 'ਚ ਅਸੀਂ ਅਖੰਡ ਪਾਠ ਸਾਹਿਬ ਦੇ ਭੋਗ ਪਾਵਾਂਗੇ, ਪਛਤਾਤਾਪ ਕਰਾਂਗੇ। ਉਹ ਅਸੀਂ ਅੱਜ ਅੰਮ੍ਰਿਤਸਰ ਸਾਹਿਬ ਰੱਖਿਆ, ਉੱਥੇ ਭੋਗ ਪੈ ਗਿਆ ਅਤੇ ਹੁਣ ਅਸੀਂ ਬਾਹਰ ਉੱਥੇ ਗੁਰਦੁਆਰਾ ਸਾਹਿਬ ਕਿਹੜਾ ਅਟਾਰੀ ਸਾਹਿਬ ਦੇ ਉੱਥੇ 11 to 20 ਵਜੇ ਤੱਕ ਉੱਥੇ। ਇਸ ਕਰਕੇ ਅਸੀਂ ਗੁਰੂ ਮਹਾਰਾਜ ਦੀ ਜੋ ਬੇਅਦਬੀ ਇਹਨਾਂ ਨੇ ਕੀਤੀ ਹੈ, ਜੋ ਪਤਾ ਨਹੀਂ, ਇਹਨਾਂ ਨੇ ਕੋਈ ਵੀ ਅਜੇ ਤੱਕ ਪਛਤਾਤਾਪ ਨਹੀਂ ਕੀਤਾ, ਅਸੀਂ ਪਛਤਾਤਾਪ ਕਰਦੇ। ਕਿਸਾਨਾਂ ਦਾ ਮੁੱਦਾ ਬਹੁਤ ਮਾੜੀ ਹਾਲਤ ਵਿੱਚ ਨਿਕਲ ਰਿਹਾ ਔਰ ਪੰਜਾਬ ਲਈ ਬੜੇ ਖਤਰਨਾਕ ਮੋੜ 'ਤੇ ਖੜੇ ਹੈ। ਮੈਂ ਸਮਝਦਾ ਵੀ ਸੈਂਟਰ ਨੂੰ ਚਾਹੀਦਾ ਕਿ ਬਿਠਾ ਕੇ ਕਿਸਾਨਾਂ ਨਾਲ ਉਹਨਾਂ ਦੀ ਇੱਛਾ ਦੇ ਮੁਤਾਬਕ ਉਹਨਾਂ ਨਾਲ ਗੱਲ ਨਿਬੇੜਨੀ ਚਾਹੀਦੀ ਹੈ, ਨਹੀਂ ਪੰਜਾਬ ਦੇ ਹਾਲਾਤ ਦਿਨੋ ਦਿਨ ਬਹੁਤ ਮਾੜੇ ਹੁੰਦੇ ਜਾ ਰਹੇ ਨੇ। ਅਸੀਂ ਨਾਲ ਖੜੇ, ਅਸੀਂ 24 ਘੰਟੇ, ਅਸੀਂ ਪਹਿਲੇ ਦਿਨ ਤੋਂ ਸਾਡੀ ਪਾਰਟੀ ਹੈ ਜਿਹੜੀ ਨਾਲ ਖੜੀ ਹੈ। ਤੁਹਾਡੇ ਬਾਰੇ ਹੈ ਜੀ, ਮੈਂ ਤਾਂ ਯਾਰ ਸਭ ਤੋਂ ਪਹਿਲਾਂ ਤਾਂ ਮੈਂ ਕਿਸਾਨਾਂ ਬਾਰੇ ਚਿੱਠੀ ਲਿਖੀ ਹੈ ਪ੍ਰਾਈਮ ਮਿਨਿਸਟਰ ਨੂੰ, ਉਹ ਤਾਂ ਸਾਰੇ ਬੁਲਾਏ ਸੀ ਉਹਨਾਂ ਨੇ, ਉਹ ਤਾਂ ਪੰਜਾਬ ਦੇ ਹਿੱਤ ਲਈ ਬੈਠੇ ਸੀ। ਨਹੀਂ, SGPC ਦਾ ਇਲੈਕਸ਼ਨ ਜੇ ਆਉਣਗੇ ਤਾਂ ਇਕੱਠੇ ਹੋ ਰਹੇ ਹਾਂ ਅਸੀਂ ਸਾਰੇ, ਬਲਦਾਂ ਨੂੰ ਕੱਢਣਾ ਹੈ SGPC 'ਚੋਂ।